राहुल गांधी ने अपनी यात्रा शुरू की भारत जोड़ो यात्रा। मैं तो उदा कही रहना भारत जोड़ो यात्रा नहीं करनी चाहिए, कांग्रेस जोड़ो यात्रा होनी चाहिए। वह सबूत कल मिल गया, रहिंदा खुंदा जिदन सिद्धू साहब बाहर आउणगे उदन ही सबूत मिल जूगा, कोई चक्कर नहीं। और जेडे अकाली दल वाले कही जाते ये बंदी सिंह जेल च किन्ने कले आ, कले तो समेत सैनी होना ने जेडे सुखबीर बादल के DGP सके, कले तो आजाद हालम होना ने जेडे अकाली दल के लीडर सके, ये बंदी सिंह हो थोड़ा किन्ने कले आ। गुरदासपुर एक समागम विच पहुंचे आप दे मंत्री लाल चंद कटारू चक अते कैबिनेट मंत्री कुलदीप धालीवाल ने भारत जोड़ो यात्रा बारे कहा कि राहुल गांधी नू भारत जोड़ो यात्रा करन दी बजाए कांग्रेस जोड़ो यात्रा चलानी चाहिए है, क्योंकि अज दे समय कांग्रेस खेरू खेरू हो चुकी है ते इन्हां दे मंत्री भाजपा विच जा रहे ने। नवजोत सिद्धू दे जेल तो बाहर आउण ते तंज कसदे होए धालीवाल ने कहा कि सिद्धू दे बाहर आउण ते कांग्रेस विच होर खिलारा पवेगा। अज असी ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਪਾਰਟੀ ਦੇ ਨੌਜਵਾਨ ਆਗੂ, ਪਾਰਟੀ ਦੇ ਵਰਕਰ ਜਿਨ੍ਹਾਂ ਨੇ ਕਾਦੀਆਂ ਹਲਕੇ ਤੋਂ ਚੋਣ ਲੜੀ ਸੀ, ਸਰਦਾਰ ਜਗਰੂਪ ਸਿੰਘ ਸੇਖਵਾਂ ਜੀ ਨੂੰ, ਸਾਡੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ, ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਇਆ ਗਿਆ, ਉਹਨਾਂ ਨੂੰ ਅੱਜ ਅਸੀਂ ਬਕਾਇਦਾ ਉਹਨਾਂ ਦੀ ਚੇਅਰ 'ਤੇ ਬਿਠਾਉਣ ਵਾਸਤੇ ਆਏ ਸੀਗੇ। ਮੇਰੇ ਨਾਲ ਮੇਰੇ ਕੈਬਨਿਟ ਦੇ ਸਾਥੀ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਕਟਾਰੂ ਚੱਕ ਜੀ, ਸਾਡੇ MLA ਸਾਹਿਬ ਸ਼ੈਰੀ ਕਲਸੀ ਜੀ, ਸਾਡੇ ਚੇਅਰਮੈਨ ਸਾਹਿਬ ਬੈਲ ਸਾਹਿਬ, ਸਾਡੇ ਚੇਅਰਮੈਨ ਸਾਹਿਬ ਪੰਨੂ ਸਾਹਿਬ, ਬਾਕੀ ਸਾਰੀ ਸਾਡੀ ਗੁਰਦਾਸਪੁਰ ਦੀ ਲੀਡਰਸ਼ਿਪ ਅੱਜ ਇੱਥੇ ਮੌਜੂਦ ਹੈ। ਔਰ ਬਹੁਤ ਖੁਸ਼ੀ ਦਾ ਮਾਹੌਲ ਹੈ ਕਿ ਪਾਰਟੀ ਦੇ ਬੰਦਿਆਂ ਨੂੰ, ਕੰਮ ਕਰਨ ਵਾਲਿਆਂ ਨੂੰ, ਪਾਰਟੀ ਪ੍ਰਤੀ ਵਫਾਦਾਰੀ ਰੱਖਣ ਵਾਲਿਆਂ ਨੂੰ ਜਿਹੜਾ ਅਹੁਦੇ ਦੇ ਰਹੀ ਹੈ, ਇਸ ਤੋਂ ਪਹਿਲਾਂ ਪੰਨੂ ਸਾਹਿਬ ਨੂੰ ਵੀ ਦਿੱਤਾ, ਬੈਲ ਸਾਹਿਬ ਨੂੰ ਵੀ ਦਿੱਤਾ, ਉਹਦੇ ਆਮ ਆਦਮੀ ਪਾਰਟੀ ਆ ਜਿਹਦੇ 'ਚ ਸਾਡੇ ਵਰਗੇ ਸਧਾਰਨ ਲੋਕ ਚੇਅਰਮੈਨ ਵੀ ਬਣ ਸਕਦੇ ਆ, MLA ਬਣ ਸਕਦੇ ਆ, ਪਰਮਾਤਮਾ ਕਿਰਪਾ ਕਰੇ ਤਾਂ ਮਿਨਿਸਟਰ ਵੀ ਬਣ ਸਕਦੇ। ਇਸ ਕਰਕੇ ਮੈਂ ਉਹਨਾਂ ਨੂੰ ਵਧਾਈ ਦੇਣਾ ਆ, ਔਰ ਮੈਂ ਆਪਣੇ CM ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਪਾਰਟੀ ਦੇ ਵਰਕਰਾਂ ਨੂੰ ਇਸ ਕੰਮ ਦੇ ਲਈ ਚੁਣਿਆ, ਔਰ ਪਾਰਟੀ ਦੇ ਵਿੱਚੋਂ ਹੀ ਚੁਣਿਆ, ਕਿਤੇ ਉਹ ਬਾਹਰੋਂ ਕੋਈ ਬੰਦਾ ਨਹੀਂ ਲਿਆਂਦਾ, ਨਹੀਂ ਤਾਂ ਲੋਕ ਐਵੇਂ ਪ੍ਰਚਾਰ ਕਰੀ ਜਾਂਦੇ, ਸਭ ਜਿੰਨੇ ਪੰਜਾਬ ਦੇ ਚੇਅਰਮੈਨ ਲੱਗੇ ਸਭ ਪਾਰਟੀ ਦੇ ਵਿੱਚੋਂ। ਸੋ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਅਤੇ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਪਾਰਟੀ ਦੇ ਸਧਾਰਨ ਵਰਕਰਾਂ ਨੂੰ ਐਡੀਆਂ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਉਹਨਾਂ ਦਾ ਜਿਹੜਾ ਮਾਨ ਵਧਾਇਆ। ਨਹੀਂ ਨਹੀਂ ਦੇਖੋ, ਜਿਹੜਾ ਹਾਈ ਕੋਰਟ ਹੈ, ਮਾਨਯੋਗ ਸੁਪਰੀਮ ਕੋਰਟ, ਉਹਦੇ ਆਪਾਂ ਸਾਰੇ ਪਾਬੰਦ, ਜੋ ਵੀ ਮਾਨਯੋਗ ਹਾਈ ਕੋਰਟ ਦਾ ਡਿਸੀਜਨ ਹੈ ਉਹ ਮੰਨਣਾ ਸਾਡੇ ਲਈ, ਸਭ ਲਈ ਜਿਹੜਾ ਬਰਾਬਰ, ਉਹ ਸਭ ਨੂੰ ਮੰਨਣਾ ਚਾਹੀਦਾ। ਕਾਨੂੰਨੀ ਪ੍ਰਕਿਰਿਆ ਚੱਲਦੀ ਰਹਿੰਦੀ ਆ, ਅੱਗੇ ਫਿਰ ਆਪਣਾ ਸਰਕਾਰ ਪੱਖ ਰੱਖੂਗੀ, ਉਹ ਤਾਂ ਕੋਈ ਵੱਡੀ ਗੱਲ। ਕੱਲ੍ਹ ਰਾਹੁਲ ਗਾਂਧੀ ਜੀ ਪਠਾਨਕੋਟ ਤੋਂ ਜਦੋਂ ਹਿਮਾਚਲ 'ਚ ਇੰਟਰ ਹੋਏ, ਉਸ ਤੋਂ ਬਾਅਦ ਮਨਪ੍ਰੀਤ ਬਾਦਲ ਹੋਣੀ BJP ਦੇ ਜਹਾਜ਼ 'ਤੇ ਚੜ੍ਹ ਗਏ ਸੀਗੇ, ਸਿੱਧੂ ਸਾਹਿਬ ਦੇ ਆਉਂਦਿਆਂ ਹੀ ਪੰਜਾਬ ਦੇ ਵਿੱਚ ਜਿਹੜਾ ਖਲਾਰਾ ਪੈਣਾ ਕਾਂਗਰਸ ਦਾ ਉਹ ਸਭ ਨੂੰ ਪਤਾ। ਅਸੀਂ ਤਾਂ ਜਿੱਦਣ ਦੀ ਰਾਹੁਲ ਗਾਂਧੀ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਸੀਗੀ ਭਾਰਤ ਜੋੜੋ ਯਾਤਰਾ, ਮੈਂ ਤਾਂ ਉਦੋਂ ਦਾ ਕਹੀ ਜਾਂਦਾ ਭਾਰਤ ਜੋੜੋ ਯਾਤਰਾ ਨਹੀਂ ਕਰਨੀ ਚਾਹੀਦੀ, ਕਾਂਗਰੈਸ ਜੋੜੋ ਯਾਤਰਾ ਹੋਣੀ ਚਾਹੀਦੀ। ਉਹਦਾ ਸਬੂਤ ਕੱਲ੍ਹ ਮਿਲ ਗਿਆ, ਰਹਿੰਦਾ ਖੁੰਦਾ ਜਿੱਦਣ ਸਿੱਧੂ ਸਾਹਿਬ ਬਾਹਰ ਆਉਣਗੇ ਉਦੋਂ ਦੀ ਸਬੂਤ ਮਿਲ ਜੂਗਾ, ਕੋਈ ਚੱਕਰ ਕੌਣ ਕਹਿੰਦੇ? ਰਾਹੁਲ ਗਾਂਧੀ ਜੀ ਕਹਿੰਦੇ, ਉਹ ਚਲਾਉਂਦੇ ਤੇ ਨਾ, ਸਾਨੂੰ ਤਾਂ ਕਦੀ ਖੇਤ ਬੋਰਡ ਦਾ ਨਹੀਂ ਚਲਾਇਆ, ਬੈਠੇ ਸੀ ਦੋ ਮੰਤਰੀ, ਅਸੀਂ ਤਾਂ ਆਪਣੇ ਹੱਥਾਂ ਨਾਲ ਚੱਲਦੇ, ਆਪਣੇ ਪੈਰਾਂ ਨਾਲ ਚੱਲਦੇ ਹਾਂ, ਸਾਡੇ 'ਚ ਕੋਈ ਦਖਲਦਾਜ਼ੀ ਨਹੀਂ ਕਰਦਾ। ਔਰ ਜੇ ਪੰਜਾਬ ਨੂੰ ਮਜ਼ਬੂਤ ਕਰਨ ਵਾਸਤੇ ਕਿ ਚੰਗੇ ਇਨਸਾਨ ਦੀ ਮਦਦ ਲੈਣ ਦੀ ਲੋੜ ਪੈਂਦੀ ਆ, ਤਾਂ ਲਾਂਗੇ, ਅਸੀਂ ਪਹਿਲਾਂ ਵੀ ਲੈਂਦੇ, ਹੁਣ ਵੀ ਲਾਂਗੇ ਉੱਚ ਕੇ। ਨਹੀਂ ਨਹੀਂ ਉੱਠ ਜੂਗਾ ਕੋਈ ਗੱਲ, ਉਹ ਕਹਿੰਦੇ ਕਿ ਲੈਟਰ ਜਦੋਂ ਇਸ਼ੂ ਹੋ ਗਈ ਉਦੋਂ ਉੱਠ ਜੂਗਾ, ਕੋਈ ਗੱਲ ਨਹੀਂ। ਲੈਟਰ ਇੱਕ ਅੱਧੇ ਦਿਨ 'ਚ ਉਹਦਾ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਆ, ਕਈ ਮਹਿਕਮਿਆਂ ਦੇ ਵਿੱਚੋਂ ਦੀ ਹੋ ਕੇ ਜਾਣੀ ਆ, ਉਹ ਡਨ ਹੋਊਗੀ ਅਤੇ ਲੈਟਰ ਦੇ ਦਾਂਗੇ, ਕਿਸਾਨ ਉੱਠ ਜਾਣ, ਕੋਈ ਚੱਕਰ ਨਹੀਂ। ਜਿਹੜੇ ਜਾਣ ਵਾਲੇ ਆ, ਜਿਹੜੇ ਜਾਣ ਵਾਲੇ ਨਾ, ਤਾਂ ਉਹਨਾਂ ਦੇ ਪੱਲੇ ਕੁਛ ਆ।
ਜਿਹੜੇ ਖੜਨ ਵਾਲੇ ਆ ਨਾ ਉਹਨਾਂ ਦੇ ਬੱਲੇ ਕੋਈ ਪੰਜਾਬ 'ਚ ਜਿਹੜੀ ਮਰਜ਼ੀ ਨੂੰ ਲਈ ਜਾਣ। ਪੰਜਾਬ ਦੇ ਲੋਕ ਬੀਜੇਪੀ ਨੂੰ ਵੋਟ ਨਹੀਂ ਪਾਉਣ ਲੱਗੇ ਜੀ, ਇਹ ਰਾਜੇ ਰਾਣੀਆਂ ਪਹਿਲਾਂ ਹੀ ਲੋਕਾਂ ਨੇ ਹਰਾਏ ਆ। ਸੋ ਬੀਜੇਪੀ ਵਹਿਮ 'ਚ ਆ, ਇਹ ਤਾਂ ਪਹਿਲਾਂ ਕੈਪਟਨ ਸਾਹਿਬ ਕਾਂਗਰਸ ਖਤਮ ਕਰਕੇ ਹੁਣ ਚੰਗਾ ਉੱਥੇ ਚਲ ਗਿਆ ਬੀਜੇਪੀ ਦੇ, ਜਿਹੜੇ ਚਾਰ ਬੰਦੇ ਪੰਜਾਬ 'ਚ ਆ ਗਏ ਆ ਉਹਨਾਂ ਦਾ ਬੇੜਾ ਗਤ ਕਰਕੇ ਫਿਰ ਕਿਤੇ ਮਹਿਲਾ ਮੁੱਲਾਂ 'ਚ ਕਿਤੇ ਉੱਥੇ ਡਬਈ ਡਬੂਈ ਇੰਗਲੈਂਡ ਵੱਲ ਚੱਲ ਜਾਣਗੇ, ਬਸ ਇੰਨਾ ਕੰਮ। ਕਿਹੜੇ ਪ੍ਰਧਾਨ ਜੀ ਦਾ? ਨਹੀਂ ਨਹੀਂ ਹਮਲਾ ਤਾਂ ਕਿਸੇ 'ਤੇ ਹੁੰਦਾ, ਬਹੁਤ ਮਾੜੀ ਗੱਲ ਆ, ਮਤਲਬ ਇੱਦਾਂ ਨਹੀਂ ਕਰਨਾ ਚਾਹੀਦਾ। ਉਹ ਧਰਨੇ 'ਤੇ ਗਏ ਸੀ, ਮਤਲਬ ਡੈਮੋਕ੍ਰੇਸੀ ਆ, ਹਰ ਬੰਦੇ ਨੂੰ ਜਮਹੂਰੀਅਤ ਆ। ਮੈਂ ਉਹਦੀ ਨਿੰਦਾ ਕਰਦਾ ਸੀ, ਉਹਦੀ ਨਿੰਦਾ ਕਰਦੇ ਹਾਂ ਕਿ ਇੱਦਾਂ ਦੇ ਜਿਹੜੇ ਹਮਲੇ ਆ ਬਿਲਕੁਲ ਨਹੀਂ ਹੋਣੇ। ਠੀਕ ਹੈ, ਹਾਂਜੀ, ਅਸੀਂ ਸਰ ਸਭ ਤੋਂ ਪਹਿਲਾਂ ਅਸੀਂ ਕਿਹਾ ਸੀਗਾ ਵੀ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਉਦੋਂ ਸੈਂਟਰ ਦੇ ਕੋਲ ਕੁਛ ਚੀਜ਼ਾਂ ਨੇ, ਜਿੱਦਾਂ ਉੱਥੋਂ ਕਲੀਅਰ ਹੋ ਗਿਆ ਉੱਥੋਂ ਪੰਜਾਬ 'ਚੋਂ ਕਲੀਅਰ ਹੋ ਜਾਣਗੀਆਂ, ਕੋਈ ਚੱਕਰ ਨਹੀਂ। ਔਰ ਜਿਹੜੇ ਅਕਾਲੀ ਦਲ ਵਾਲੇ ਕਹੀ ਜਾਂਦੇ ਆ, ਇਹ ਬੰਦੀ ਸਿੰਘ ਜੇਲ੍ਹ 'ਚ ਕਿੰਨੇ ਇਕੱਲੇ ਆ? ਇਕੱਲੇ ਤਾਂ ਸੁਮੇਧ ਸੈਣੀ ਹੋਣਾ ਨੇ ਜਿਹੜੇ ਸੁਖਬੀਰ ਬਾਦਲ ਦੇ DGP ਸੀਗੇ, ਇਕੱਲੇ ਤਾਂ ਯਾਦ ਹਾਲਮ ਹੋਣਾ ਨੇ ਜਿਹੜੇ ਅਕਾਲੀ ਦਲ ਦੇ ਲੀਡਰ ਸੀਗੇ, ਇਹ ਬੰਦੀ ਸਿੰਘ ਹੋ ਥੋੜ੍ਹਾ ਕਿਸੇ ਨੇ ਇਕੱਲੇ ਆ। ਇਸ ਕਰਕੇ ਬੰਦੀ ਸਿੰਘਾਂ ਦੀ ਸੁਖਬੀਰ ਹੋਣਾ ਨੂੰ ਗੱਲ ਕਰਨੀ ਵੈਸੇ ਹੀ ਆਪਣੇ ਆਪ 'ਚ ਮਤਲਬ ਚੁਟਕਲਾ ਵੀ ਆ, ਅਤੇ ਉਹਨਾਂ ਨੂੰ ਸ਼ਰਮ ਵੀ ਆਉਣੀ ਚਾਹੀਦੀ ਵੀ ਉਹ ਕਿੱਦਾਂ ਦੀਆਂ ਗੱਲਾਂ ਕਰਦੇ ਆ। ਧੰਨਵਾਦ। ਅੱਜ ਜਥੇਦਾਰ ਜਗਰੂਪ ਸਿੰਘ ਨੂੰ ਵਧਾਈ ਜੀ, ਮਾਨ ਸਾਹਿਬ ਨੇ ਔਰ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੇ, ਜਿਸ ਤਰ੍ਹਾਂ ਜਥੇਦਾਰ ਸੇਵਾ ਸਿੰਘ ਸੇਖਮਾ ਜੀ ਜਦੋਂ ਪਾਰਟੀ 'ਚ ਜੁਆਇਨ ਕੀਤੇ ਆ, ਪਰ ਅੱਜ ਉਹ ਇਸ ਸੰਸਾਰ 'ਚ ਨਹੀਂ ਰਹੇ, ਲੇਕਿਨ ਪਾਰਟੀ ਦੀ ਉਸ ਪਰਿਵਾਰ ਦੇ ਨਾਲ ਜਾਂ ਜਥੇਦਾਰ ਸੇਵਾ ਸਿੰਘ ਨੂੰ ਮੈਂ ਸਮਝਦਾ ਵੀ ਇੱਕ ਸਰਦਾ ਜਿਹੜੀ ਆ ਉਹ ਰੱਖਦੇ ਹੋਏ ਅੱਜ ਉਹਨਾਂ ਦੇ ਬੇਟੇ ਜਗਰੂਪ ਸਿੰਘ ਨੂੰ ਜ਼ਿਲ੍ਹਾ ਪਠਾਨਕੋਟ ਦੇ ਪਲੈਨਿੰਗ ਬੋਰਡ ਦਾ ਗੁਰਦਾਸਪੁਰ ਦੇ ਚੇਅਰਮੈਨ ਬਣਾਇਆ। ਸੋ ਮੈਂ ਇਸ ਸਮਾਗਮ ਦੇ ਅੰਦਰ ਜਿੱਥੇ ਉਹਨਾਂ ਨੂੰ ਵਧਾਈ ਦੇ ਰਿਹਾ, ਉਹਨਾਂ ਦੇ ਪਰਿਵਾਰ ਨੂੰ ਔਰ ਸਾਰੇ ਗੁਰਦਾਸਪੁਰ ਵਾਸੀਆਂ ਨੂੰ, ਅਤੇ ਨਾਲ ਦੀ ਨਾਲ ਮੈਂ ਉਮੀਦ ਵੀ ਕਰਦਾ ਜਥੇਦਾਰ ਜਗਰੂਪ ਸਿੰਘ ਜਿਹੜੇ ਪੜ੍ਹੇ ਲਿਖੇ ਵੀ ਆ ਔਰ ਬੜੇ ਐਨਰਜਿਕ ਨੌਜਵਾਨ ਨੇ ਔਰ ਸਿਆਸਤ ਦਾ ਵਿਰਾਸਤ ਵੀ ਤਜਰਬਾ ਵੀ ਉਹਨਾਂ ਦੇ ਕੋਲ ਹੈ, ਮੈਨੂੰ ਉਮੀਦ ਆ ਵੀ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਨੂੰ ਪਲਾਨ ਕਰਕੇ ਪੂਰੀ ਤਰ੍ਹਾਂ ਉਹ ਪੂਰੇ ਜ਼ਿਲ੍ਹੇ ਨੂੰ ਮਤਲਬ ਜਿਹੜਾ ਉਹ ਗੋਲਬੰਦ ਕਰਨਗੇ ਔਰ ਗੁਰਦਾਸਪੁਰ ਜ਼ਿਲ੍ਹੇ ਨੂੰ ਇਹਦਾ ਵੱਡਾ ਲਾਭ ਮਿਲੇਗਾ, ਸਾਰੀ ਟੀਮ, ਕਿਉਂਕਿ ਇੱਥੇ ਬੜੀ ਸ਼ਾਨਦਾਰ ਟੀਮ ਹੈ ਗੁਰਦਾਸਪੁਰ ਦੇ ਅੰਦਰ। ਦੇਖੋ ਭਾਵੇਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਾਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਉਸ ਪੱਧਰ ਦੀ ਕਾਮਯਾਬੀ ਨਹੀਂ ਮਿਲੀ ਜਿੱਦਾਂ ਦੀ ਪੰਜਾਬ 'ਚ ਮਿਲੀ ਹੈ, ਪਰ ਮਾਨ ਸਾਹਿਬ ਲਗਾਤਾਰ ਗੁਰਦਾਸਪੁਰ ਦੇ ਲਈ ਬਹੁਤ ਵੱਡਾ ਉਹਨਾਂ ਦੇ ਮਨ ਦੇ ਅੰਦਰ ਇੱਕ ਰੂਟ ਮੈਪ ਹੈਗਾ। ਸੋ ਅਸੀਂ ਗੁਰਦਾਸਪੁਰ ਜ਼ਿਲ੍ਹਾ ਵਾਸੀਆਂ ਨੂੰ ਵੀ ਜ਼ਰੂਰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿੱਥੇ ਪੰਜਾਬ ਦੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਵੱਡੇ ਪੱਧਰ 'ਤੇ ਸਾਰੇ ਪੰਜਾਬ ਨੂੰ ਮਿਲਣਾ, ਗੁਰਦਾਸਪੁਰ ਨੂੰ ਮਿਲਣਾ, ਉੱਥੇ ਆਉਣ ਵਾਲੇ ਦਿਨਾਂ 'ਚ ਗੁਰਦਾਸਪੁਰ ਦੇ ਅੰਦਰ ਕੁਝ ਵਿਸ਼ੇਸ਼ ਯੋਜਨਾਵਾਂ ਜਿਹੜੀਆਂ ਉਹ ਬੜੀ ਵੱਡੀ ਤਰਜੀਹ ਆ ਮਾਨ ਸਾਹਿਬ ਦੇ ਮਨ ਦੇ ਅੰਦਰ, ਉਹ ਆਉਣ ਵਾਲੇ ਸਮੇਂ 'ਚ ਗੁਰਦਾਸਪੁਰ ਨੂੰ ਮਿਲਣਗੀਆਂ। ਪਰ ਕਿਉਂਕਿ ਅੱਜ ਤਾਜਪੋਸ਼ੀ ਆ, ਖੁਸ਼ੀ ਦਾ ਮੌਕਾ ਵੀ ਆ, ਸੋ ਮੈਂ ਫਿਰ ਦੁਬਾਰਾ ਆਪਣੇ ਇਸ ਪਿਆਰੇ ਸਾਥੀ ਨੂੰ ਨੌਜਵਾਨ ਆਗੂ ਨੂੰ ਜਿੱਥੇ ਮੁਬਾਰਕ ਭੇਂਟ ਕਰਦਾ, ਉੱਥੇ ਮੈਂ ਉਮੀਦ ਕਰਦਾ ਵੀ ਉਹ ਗੁਰਦਾਸਪੁਰ ਜ਼ਿਲ੍ਹੇ ਨੂੰ ਡਿਵੈਲਪਮੈਂਟ ਦੇ ਪੱਖ ਤੋਂ ਪੂਰੀ ਤਰ੍ਹਾਂ ਗੋਲਬੰਦ ਕਰਨਗੇ, ਅਤੇ ਬਿਨਾਂ ਪੱਖਪਾਤ ਤੋਂ ਜਿਹੜਾ ਆਮ ਆਦਮੀ ਪਾਰਟੀ ਦਾ ਕਨਸੈਪਟ ਹੈ, ਰੂਡਮੈਪ ਹੈ ਕਿ ਸਮੁੱਚੇ ਲੋਕਾਂ ਦਾ ਕੰਮ ਕਰਨਾ ਬਿਨਾਂ ਕਿਸੇ ਵੈਂਡੇਟਾ ਤੋਂ, ਉਹ ਗੁਰਦਾਸਪੁਰ ਦੇ ਅੰਦਰ ਵੀ ਕਰਨਗੇ। ਤੁਹਾਡੇ ਵੱਲ ਕੇ ਰਾਹੁਲ ਗਾਂਧੀ ਰੈਲੀ ਕਰ ਗਏ ਨੇ, ਬੜੇ ਨਿਸ਼ਾਨੇ ਸਾਹਿਬ ਆਮ ਆਦਮੀ ਪਾਰਟੀ ਦੇ, ਖਾਸ ਕਰ ਤੁਹਾਡੇ ਵੱਲ ਕੇ ਰੈਲੀ ਕੀਤੀ ਹੈ ਗੱਲ ਭੋਏ ਜੀ? ਮੈਂ ਤਾਂ ਕਹਿਣਾ, ਮੈਂ ਤਾਂ ਅਕਸਰ ਕਹਿਣਾ ਹੋਣਾ, ਜਿਨ ਕੇ ਘਰ ਸੀਸੇ ਕੇ ਹੋਤੇ ਹੈ ਵੋ ਦੂਸਰੋ ਘਰੋਂ ਮੇਂ ਪੱਥਰ ਨਹੀਂ ਮਾਰਾ ਕਰਦੇ। ਕਾਂਗਰਸ ਵਾਲਿਆਂ ਨੂੰ ਅਖਲਾਕੀ ਤੌਰ 'ਤੇ ਗੱਲ ਕਹਿਣ ਦਾ ਕੀ ਅਧਿਕਾਰ ਹੈ? ਆਪਾਂ ਸਾਰਾ ਉਹ ਚੰਨੀ ਦਾ ਐਪੀਸੋਡ ਦੇਖਿਆ, ਕੈਪਟਨ ਦਾ ਦੇਖਿਆ, 30 ਦਿਨ ਮਹੀਨੇ ਦੇ 32-32 ਕਾਂਗਰਸੀ ਦਿੱਲੀ 'ਚ ਜਾ ਕੇ ਦਿਨ ਡੇਰੇ ਲਾ ਕੇ ਬਹਿੰਦੇ ਰਹੇ ਆ। ਸੋ ਇਸ ਕਰਕੇ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਹੈ, ਅਰਵਿੰਦ ਕੇਜਰੀਵਾਲ ਜੀ ਸਾਡੇ ਬੜੇ ਸਤਿਕਾਰਤ ਆਗੂ ਨੇ, ਸਾਰੇ ਹਿੰਦੁਸਤਾਨ ਦੇ ਪਾਰਟੀ ਦੇ ਕਨਵੀਨਰ ਨੇ, ਅਤੇ ਦੇਸ਼ ਦਾ ਭਵਿੱਖ ਵੀ ਨੇ। ਸੋ ਇਸ ਕਰਕੇ ਜਿਹੜਾ ਆ ਉਹ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਦੇ ਨਾਲ ਕੋਆਰਡੀਨੇਸ਼ਨ ਰੱਖਣਾ ਇਹ ਹਰ ਨੈਸ਼ਨਲ ਪਾਰਟੀ ਦਾ ਕਰਤੱਵ ਹੁੰਦਾ। ਵੈਸੇ ਹੀ ਇਹ ਗੈਰ ਜ਼ਰੂਰੀ ਗੱਲਾਂ, ਕਾਂਗਰਸ ਨੂੰ ਆਪਣੇ ਪਿਛਲੇ ਰਾਜ ਦਾ ਜਵਾਬ ਦੇਣਾ ਚਾਹੀਦਾ, ਘਰ ਘਰ ਨੌਕਰੀ ਦਾ, ਕਾਂਗਰਸ ਨੂੰ 5 ਸਾਲਾਂ ਦਾ ਹਿਸਾਬ ਦੇਣਾ ਚਾਹੀਦਾ। ਸੋ ਇਸ ਕਰਕੇ ਬੇਲੋੜੇ ਅਤੇ ਗੈਰ ਜ਼ਰੂਰੀ ਮੁੱਦੇ ਉਸਾਲਣੇ, ਇਹ ਕਾਂਗਰਸ ਦਾ ਕਲਚਰ ਹੈਗਾ, ਭਾਜਪਾ ਦਾ ਹੈਗਾ, ਆਮ ਆਦਮੀ ਪਾਰਟੀ ਕੰਮ 'ਤੇ ਵਿਸ਼ਵਾਸ ਕਰਦੀ ਹੈ। ਤੁਸੀਂ ਦੇਖੋ ਮਾਤਰ 10 ਮਹੀਨਿਆਂ ਦੇ ਅੰਦਰ ਮਾਨ ਸਾਹਿਬ ਦੀ ਸਰਕਾਰ ਨੇ 25,000 ਲੋਕਾਂ ਨੂੰ ਰੁਜ਼ਗਾਰ ਦਿੱਤਾ ਪੰਜਾਬ ਦੇ ਅੰਦਰ ਸਰਕਾਰੀ ਜੋਬ, 90% ਲੋਕਾਂ ਦਾ ਬਿਜਲੀ ਬਿੱਲ ਪੰਜਾਬ 0 ਆ ਰਿਹਾ। ਸੋ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਵੱਡੇ ਕੰਮ ਸਰਕਾਰ ਨੇ ਕਰਨੇ ਆ।
सो आम आदमी पार्टी काम पर विश्वास करती है तो काम ही साडा रूडमैप है पंजाब के लोगों का जिहड़ा वादा करके आए हैं गुड गवर्नेंस का पारदर्शिता प्रशासन का असी उत्ते काम कर रहे हैं। देखो इतों पता लगता भी जेडे लोग लंबा समा धर्म निरपेक्षता के नाँ के उत्ते सैकुलरिज्म के नाँ के उत्ते राजनीति करते रहे हैं अज वो लोग उस पार्टी जा रही है जिहड़ी पार्टी देश नूं खंडित करना चाहती है तो खास तौर पर जिहड़ी घट गिणतियां दलतां ते मैं समझदा भी जिहड़ा वो उन्हां दे अधिकारां ते डाका मार रही है। सो मैं कह सकदा ये सत्ता दे भुखे लोग ने सत्ता ही इन्हां दा मतलब जिहड़ा आ वो मुख इन्हां दी लोड़ हैगी आ वह भावें काले चोर नाल सांझ पा के मिलती होवे ये लोग जाणगे इत्थों इन्हां दे खलाक दा पता लगदा। वो हाईकोर्ट का डिसीजन है कोर्ट के फैसलों से कोई टिप्पणी नहीं करनी हाईकोर्ट का डिसीजन है कोई गल इहदा कोर्ट का मैटर है जी कोर्ट ने किनू जेल च करना किनू बाहर कढ़ना ये उन्हां दा काम हैगा आ। सो सरकार अपने काम जिहड़ा आ काम ते ध्यान दे रही है जिंदा वसा रहे पंजाब ते खास तौर ते साडा जिला गुरदासपुर जिहड़ा मेरा भी कर्म भूमि है बड़ा इमोशनल हिस्सा मेरा गुरदासपुर दे नाल तो जहेदार जी नूं मुबारकां अज उन्हां दे ताजपोशी च आए।